खुद नूं कोरोना तो बचाउण लई पहला महत्वपूर्ण कदम है मास्क पाउणा। प्रधानमंत्री मोदी ने हाल ही विच एक मास्क पाया सी जो हुण प्रचलित है। दावणगिरे च एक परिवार ने मास्क दी वजह नाल राष्ट्रीय पद्धर ते ध्यान खिंचिया। मजे दी गल ए है कि उही मास्क है जो इस समय ट्रेंड कर रहा है क्योंकि यह प्रधानमंत्री मोदी ने पाया सी। असी तालाबंदी के दौरान लगभग 40 दिनों तक लाइफलाइन और रेड क्रॉस सोसाइटी के नाल मिल के बेवस लोगों को मुफ्त में सब्जियां वंडियां। फिर असी मास्क बनाने बारे सोचा। साढ़े दोस्त राजू रणजीत सिंह और सतीश ने मास्क बनाने में मदद की। असी लगभग 8000 मास्क बनाए, 7000 मास्क मुफ्त वंडे। दावणगिरे दे एमसीसी बी ब्लॉक कुवेंपु एक्सटेंशन दे वसनीक केपी विवेकानंद काकोल ने मास्क तैयार किया। प्रधानमंत्री नरेंद्र मोदी पाउंदे ने। प्रधानमंत्री दी मास्क पाए दी एक तस्वीर काकोल परिवार नूं भेजी गई। परिवार दे मैंबर ए वेख के बहुत खुश होए। लॉकडाउन लागू होण तों बाद विवेकानंद परिवार ने मास्क बनाए अते उहनां नूं गरीब आटो ड्राइवरां अते कमजोर लोकां नूं मुफ्त विच वंड दित्ता। ਇਹ ਮਾਸਕ ਸਟੈਂਡਰਡ ਸੂਤੀ ਕੱਪੜੇ ਦੀ ਵਰਤੋਂ ਕਰਕੇ ਬਣਾਏ ਗਏ ਨੇ। ਇਹ ਹਰੇਕ ਦੇ ਪਹਿਨਣ ਯੋਗ ਨੇ। ਉਹਨਾਂ ਨੇ ਵਿਸ਼ੇਸ਼ ਤੌਰ ਤੇ ਕੇਸਰੀ, ਚਿੱਟਾ ਅਤੇ ਹਰਾ ਮਾਸਕ ਬਣਾਇਆ ਜੋ ਤਿਰੰਗੇ ਨੂੰ ਦਰਸਾਉਂਦਾ ਹੈ। ਬਿਜਲੀ ਦੇ ਮਾਲ ਦੇ ਕਾਰੋਬਾਰੀ ਰਣਜੀਤ ਅਤੇ ਟੇਲਰ ਜੀ ਬੀ ਰਾਜੂ ਨੇ ਇਹ ਮਾਸਕ ਤਿਆਰ ਕਰਨ ਵਿੱਚ ਸਹਾਇਤਾ ਕੀਤੀ। ਵਿਵੇਕਾਨੰਦ ਦੀ ਬੇਟੀ ਕੇ ਵੀ ਕਾਵਿਆ ਅਤੇ ਉਸਦੀ ਦੋਸਤ ਕਵਿਤਾ ਨੇ 13 ਅਗਸਤ ਨੂੰ ਦਾਵਣਗਿਰੇ ਡਾਕਘਰ ਤੋਂ ਸਪੀਡ ਪੋਸਟ ਰਾਹੀਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਹ ਮਾਸਕ ਭੇਜੇ ਸਨ। ਅਸੀਂ ਘਰ ਵਿੱਚ ਮਾਸਕ ਤਿਆਰ ਕਰ ਰਹੇ ਸੀ। ਮੇਰੇ ਪਿਤਾ ਜੀ ਨੂੰ ਇਹ ਮਾਸਕ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਣ ਦਾ ਵਿਚਾਰ ਆਇਆ। ਅਸੀਂ ਦਾਵਣਗਿਰੇ ਪੋਸਟ ਆਫਿਸ ਤੋਂ ਸਪੀਡ ਪੋਸਟ ਰਾਹੀਂ ਮਾਸਕ ਭੇਜੇ। ਸਾਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਵਾਬ ਮਿਲਿਆ। ਇਸ ਨਾਲ ਸਾਡੇ ਕੰਮ ਨੂੰ ਹੁਲਾਰਾ ਮਿਲਿਆ ਹੈ। ਚੰਗੀ ਕੁਆਲਿਟੀ ਦੇ ਕੁੱਝ 40 ਮਾਸਕ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੇ ਗਏ, ਜਿਨ੍ਹਾਂ ਵਿੱਚੋਂ 20 ਕੇਸਰੀ, 10 ਚਿੱਟੇ ਅਤੇ 10 ਹਰੇ ਮਾਸਕ ਸਨ। ਸ਼ੁਰੂਆਤ 'ਚ ਕੋਈ ਪ੍ਰਤੀਕਿਰਿਆ ਨਹੀਂ ਮਿਲੀ, ਪਰ 10 ਅਕਤੂਬਰ ਨੂੰ ਪਵਨ ਚੱਕਰਵਰਤੀ ਨੇ ਦਾਵਣਗਿਰੇ ਪਰਿਵਾਰ ਵੱਲੋਂ ਭੇਜੇ ਗਏ ਚਿੱਟੇ ਮਾਸਕ ਪਾਏ ਹੋਏ ਨਰਿੰਦਰ ਮੋਦੀ ਦੀ ਇੱਕ ਤਸਵੀਰ ਭੇਜੀ। ਵਿਵੇਕਾਨੰਦ ਦਾ ਪਰਿਵਾਰ ਇਹ ਵੇਖ ਕੇ ਬਹੁਤ ਖੁਸ਼ ਹੋਇਆ। ਬਾਈ ਅਕਤੂਬਰ ਨੂੰ ਵਿਵੇਕਾਨੰਦ ਦੇ ਘਰ ਕਵਿਤਾ ਦੇ ਨਾਮ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਇੱਕ ਪ੍ਰਵਾਨਗੀ ਪੱਤਰ ਮਿਲਿਆ। ਹੁਣ ਕੇਸਰੀ, ਚਿੱਟੇ ਅਤੇ ਹਰੇ ਮਾਸਕ ਦੀ ਮੰਗ ਵੱਧ ਗਈ ਹੈ। ਬਹੁਤ ਸਾਰੇ ਲੋਕ ਇਹ ਮਾਸਕ ਆਰਡਰ ਕਰਕੇ ਖਰੀਦਦੇ ਨੇ। ਪ੍ਰਧਾਨ ਮੰਤਰੀ ਮੋਦੀ ਨੇ ਸਾਡਾ ਮਾਸਕ ਪਾਇਆ, ਅਸੀਂ ਇਸ ਤੋਂ ਬਹੁਤ ਖੁਸ਼ ਹਾਂ। ਇਹ ਬਹੁਤ ਚੰਗੀ ਗੱਲ ਹੈ ਕਿ ਮੋਦੀ ਨੇ ਸਾਨੂੰ ਜਵਾਬ ਭੇਜਿਆ। ਸਾਡੇ ਪਰਿਵਾਰ ਨੇ ਮਾਸਕ ਬਣਾਏ ਹਨ, ਮੇਰੇ ਪਤੀ ਦੇ ਦੋਸਤਾਂ ਨੇ ਇਹ ਮਾਸਕ ਬਣਾਉਣ ਵਿੱਚ ਸਾਡੀ ਮਦਦ ਕੀਤੀ ਹੈ। ਵਿਵੇਕਾਨੰਦ ਸਵੈ ਨਿਰਭਰ ਭਾਰਤ ਅਧੀਨ ਸਵੈ ਰੁਜ਼ਗਾਰ ਦਾਤਾ ਨੇ। ਵਿਵੇਕਾਨੰਦ ਦੀ ਪਤਨੀ ਕੇ ਵੀ ਸ਼ਾਂਤਾ, 3 ਬੇਟੀਆਂ ਕਾਵਿਆ, ਨਮ੍ਰਤਾ ਅਤੇ ਮਾਨਿਆ ਉਹਨਾਂ ਨੂੰ ਮਾਸਕ ਬਣਾਉਣ ਵਿੱਚ ਮਦਦ ਕਰਦੇ ਨੇ। ਹੁਣ ਇਹ ਪਰਿਵਾਰ ਮਾਸਕ ਬਣਾ ਕੇ ਆਪਣੀ ਰੋਜ਼ੀ ਰੋਟੀ ਕਮਾਉਂਦਾ ਹੈ, ਕਿਉਂਕਿ ਪੀਐਮ ਮੋਦੀ ਨੇ ਇਹ ਮਾਸਕ ਪਾਇਆ ਸੀ, ਇਸ ਲਈ ਉਹ ਟ੍ਰੈਂਡ ਕਰ ਰਿਹਾ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.